10 ਕਿਲੋਮੀਟਰ ਪਹਿਲੇ ਵਾਰੀ ਮੈਂ ਜਦੋਂ ਗਿਆ ਤੇ ਮੈਂ ਪਹਿਲੀ ਵਾਰ ਜਦੋਂ ਗਿਆ 10 ਕਿਲੋਮੀਟਰ ਤੇ ਇਹ ਸੋਚਦਾ ਸੀ ਕਿ ਮੈਂ ਵਾਪਸ ਕਿੱਦਾਂ ਘਰ ਜਾਣਾ। ਇਕੱਲੇ ਚੱਲੇ ਸੀ ਤੇ ਕਾਰਵਾਂ ਬਣਦਾ ਗਿਆ, ਉਹ ਇੱਕ ਟਰੱਕ ਛੱਡਦੇ ਸੀਗੇ, ਦੂਜਾ ਟਰੱਕ ਮਿਲ ਜਾਂਦਾ ਸੀਗਾ, ਦੂਜਾ ਛੱਡਦਾ ਸੀ, ਕੋਈ ਟਰਾਲੀ ਮਿਲ ਜਾਂਦੀ ਸੀ। ਸਾਡੇ ਤਾਂ ਜਿੱਦਾਂ ਹੁਣ ਸਾਏ ਆਪਣੇ ਚੌਂਕਾਂ ਦੇ ਚਾਰ ਰਸਤੇ ਹੁੰਦੇ ਨੇ, ਉੱਥੇ ਕਈ ਚੌਂਕ ਇੱਦਾਂ ਦੇ ਜਿੱਥੇ ਸੱਤ ਸੱਤ ਰਸਤੇ ਸੀ, ਸਾਨੂੰ ਇਹ ਨਹੀਂ ਸੀ ਪਤਾ ਆਪਾਂ ਐਗਜੈਕਟ ਕਿੱਥੋਂ ਆਉਣਾ ਅਤੇ ਆਪਾਂ ਇਨ ਕਿੱਥੋਂ ਆਏ ਹਾਂ, ਕਨਫਿਊਜ਼ ਹੋ ਜਾਂਦੇ ਸੀ। ਫਿਰ ਉਸ ਤੋਂ ਬਾਅਦ ਜਦੋਂ ਸਾਈਕਲਿੰਗ ਵਾਸਤੇ ਮੈਂ ਪਹਿਲੀ ਵਾਰ ਜਦੋਂ 200 ਕਿਲੋਮੀਟਰ ਕੀਤੀ, ਫਿਰ ਇੱਕ ਨਾ ਉਹ ਭੁੱਖ ਜੀ ਵਧਣ ਲੱਗ ਪਈ ਮੈਨੂੰ ਕਿ ਮੈਂ 200 ਕੀਤੀ, ਮੈਂ 300 ਕਰਾਂ, ਮੈਂ 500 ਕਰਾਂ, ਫਿਰ ਮੈਂ ਵੱਡੀਆਂ ਵੱਡੀਆਂ ਰਾਈਡਾਂ ਲੱਭਣੀਆਂ ਕਿ ਵੱਡੀਆਂ ਰਾਈਡ ਕਿੱਥੇ ਹੋਣੀਆਂ। ਵੱਧਦੀਆਂ ਉਮਰਾਂ ਇਨਸਾਨ ਦਾ ਜਜ਼ਬਾ ਨਹੀਂ ਘਟਾ ਸਕਦੀਆਂ, ਜੇ ਜਜ਼ਬਾ ਹੋਵੇ ਤਾਂ ਵੱਡੀਆਂ ਵੱਡੀਆਂ ਚਟਾਨਾਂ ਵੀ ਸਿਰ ਝੁਕਾ ਜਾਂਦੀਆਂ ਨੇ। ਅਜਿਹੀ ਹੀ ਉਦਾਹਰਨ, ਅਜਿਹੀ ਹੀ ਮਿਸਾਲ ਦੇ ਨਾਲ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਸਾਈਕਲ ਦੇ ਉੱਪਰ ਹੀ ਵੱਡੇ ਵੱਡੇ ਰਿਕਾਰਡ ਬਣਾ ਦਿੱਤੇ। ਹੁਣ ਤੱਕ 4 ਸਾਲਾਂ ਦੇ ਵਿੱਚ 70,000 ਕਿਲੋਮੀਟਰ ਤੋਂ ਵੱਧ ਸਾਈਕਲ ਉਹ ਚਲਾ ਚੁੱਕੇ ਨੇ। ਅਮਰਪ੍ਰੀਤ ਸਿੰਘ ਪਿੰਡਰ, ਜਿਨ੍ਹਾਂ ਦਾ ਨਿੱਕ ਨੇਮ ਹਨੀ ਪਿੰਡਰ ਵੀ ਹੈ, ਉਮਰ 50 ਸਾਲ ਤੋਂ ਵੱਧ ਹੈ, ਪਰ ਜਜ਼ਬਾ, ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਜਜ਼ਬਾ ਜੇ ਹੋਵੇ ਤਾਂ ਵੱਡੀਆਂ ਵੱਡੀਆਂ ਚਟਾਨਾਂ ਵੀ ਸਿਰ ਝੁਕਾ ਦਿੰਦੀਆਂ ਨੇ। ਹਨੀ ਪਿੰਡਰ ਹੋਣਾ ਨੇ ਅਜਿਹੀ ਮਿਸਾਲ ਇੱਕ ਪੈਦਾ ਕੀਤੀ ਕਿ 4 ਸਾਲਾਂ ਦੇ ਵਿੱਚ 70,000 ਕਿਲੋਮੀਟਰ ਤੋਂ ਵੱਧ ਸਾਈਕਲ ਚਲਾਇਆ, ਤੇ ਡੇਲੀ ਦੱਸ ਰਹੇ ਨੇ ਕਿ 150 ਤੋਂ 200 ਕਿਲੋਮੀਟਰ ਚਲਾਉਂਦੇ ਨੇ ਸਾਈਕਲ, ਵੱਡੇ ਵੱਡੇ ਰਿਕਾਰਡ ਵੀ ਬਣਾਏ ਨੇ। ਗੱਲਬਾਤ ਕਰਦੇ ਹਾਂ ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ। ਧੰਨਵਾਦ ਜੀ ਡੇਲੀ ਪੋਸਟ ਦੇ ਸਾਰੇ ਮਹਿਮਾਨਾਂ ਦਾ, ਸਾਰੇ ਦਰਸ਼ਕਾਂ ਦਾ। ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਜੀ ਕਿ ਤੁਸੀਂ ਮੈਨੂੰ ਡੇਲੀ ਪੋਸਟ 'ਤੇ ਲਿਆ ਕੇ ਬਾਕੀ ਦਰਸ਼ਕਾਂ ਦੇ ਰੂਬਰੂ ਕੀਤਾ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਹਾਂ, ਵੈਸੇ ਤਾਂ ਕਹਿੰਦੇ ਕਿ ਉਮਰ ਨਹੀਂ ਪੁੱਛਣੀ ਚਾਹੀਦੀ, ਤੁਹਾਡੀ ਉਮਰ ਕਿੰਨੀ ਹੈ ਜੀ? ਮੇਰੀ ਉਮਰ 53 ਸਾਲ ਹੈ, ਪੇਪਰਾਂ 'ਚ ਮੇਰੀ 50 ਸਾਲ ਚੱਲਦੀ ਹੈ, ਅਤੇ ਇਸ ਕਰਕੇ ਮੈਂ 50 ਸਾਲ ਹੀ ਆਪਣੇ ਆਪ ਨੂੰ ਕਹਾਂ। ਅੱਛਾ ਅਤੇ ਪਹਿਲਾਂ ਜਿਸ ਤਰ੍ਹਾਂ ਹੁੰਦਾ ਸੀ ਕਿ ਬੱਚਾ ਸਰਕਾਰੀ ਨੌਕਰੀ ਕਰੇਗਾ ਅਤੇ 3 ਸਾਲ ਜ਼ਿਆਦਾ ਮਿਲ ਜਾਏਗਾ, ਕਿਉਂਕਿ ਮੇਰੀ ਜਿਹੜੀ ਫੈਮਲੀ ਸਾਰੀ ਟੀਚਿੰਗ ਲਾਈਨ 'ਚ ਸੀਗੀ, ਅਤੇ ਉਹਨਾਂ ਨੇ ਆਪਣੇ ਉਸ ਟਾਈਮ ਦੇ ਉੱਤੇ ਨਹੀਂ ਸੀਗਾ ਕਰਦੇ, ਅਤੇ ਮੇਰਾ ਅਸਲੀ ਉਮਰ ਜਿਹੜੀ 53 ਸਾਲ ਹੈ, ਪਰ ਪੇਪਰਾਂ 'ਚ ਮੇਰੀ 50 ਸਾਲ ਹੈ, ਇਸ ਕਰਕੇ ਮੈਂ 50 ਸਾਲ ਹੀ ਆਪਣੇ ਆਪ ਨੂੰ ਕਾਊਂਟ ਕਰਦਾ। ਪਰ ਸੱਚ ਜਾਣਿਓ 53 ਸਾਲ ਦੇ ਤੁਸੀਂ ਲੱਗਦੇ ਨਹੀਂ। ਇਹ ਰਾਜ ਜੋੜਾ ਜਿਹੜਾ ਸਾਈਕਲਿੰਗ ਦਾ ਹੈ, ਕਿਉਂਕਿ ਮੈਂ ਬੈਕ ਪ੍ਰੋਬਲਮ ਕਰਕੇ ਥੋੜ੍ਹੀ ਜਿਹੀ ਹੋ ਗਈ ਸੀ ਮੈਨੂੰ ਪ੍ਰੋਬਲਮ, ਜਿਸ ਕਰਕੇ ਮੈਨੂੰ ਡਾਕਟਰ ਨੇ ਕਿਹਾ ਕਿ ਤੁਸੀਂ ਸੈਰ ਕਰੋ ਜਾਂ ਸਾਈਕਲਿੰਗ ਕਰੋ, ਬਟ ਕਦੀ ਸੋਚਿਆ ਨਹੀਂ ਸੀ ਕਿ ਸਾਈਕਲਿੰਗ ਮੈਂ ਇਸ ਲੈਵਲ ਤੱਕ ਚੱਲ ਜਾਊਂਗਾ। ਅੱਛਾ, ਸਾਈਕਲਿੰਗ ਦਾ ਸ਼ੌਂਕ ਕਦੋਂ ਪਿਆ, ਕਿਹੜੇ ਸਾਲ 'ਚ ਪਿਆ? ਕਿਉਂਕਿ ਬਹੁਤਾ ਲੰਬਾ ਸਮਾਂ ਨਹੀਂ, ਮੈਂ ਜਿੰਨਾ ਕੁ ਸੁਣਿਆ ਤੁਹਾਡੇ ਬਾਰੇ ਕਿ ਬਹੁਤਾ ਲੰਬਾ ਸਮਾਂ ਨਹੀਂ ਹੋਇਆ ਤੁਹਾਨੂੰ, ਪਰ ਰਿਕਾਰਡ ਬਹੁਤ ਵੱਡੇ ਵੱਡੇ ਬਣਾ ਦਿੱਤੇ ਤੁਸੀਂ, ਕਦੋਂ ਸ਼ੌਂਕ ਪਿਆ, ਕਦੋਂ ਸ਼ੁਰੂ ਕੀਤਾ ਸੀ? ਸਰ ਮੈਂ 2014 ਵਿੱਚ ਘਰ ਹੀ ਡਿੱਗ ਪਿਆ ਸੀ, ਜਿਸ ਕਰਕੇ ਮੇਰੀ ਬੈਕ ਡਿਸਕ ਦੀ ਪ੍ਰੋਬਲਮ ਆ ਗਈ ਸੀ। 2015 ਤੱਕ ਮੈਂ ਟੋਟਲੀ ਬ੍ਰੈਸ਼ਲੈਸ ਸੀਗਾ, ਮਤਲਬ ਕੋਈ ਵੀ ਮੈਂ ਕੰਮ ਨਹੀਂ ਸੀ ਕਰਨ ਯੋਗਾ। ਫਿਰ ਡਾਕਟਰਾਂ ਨੇ ਇਹ ਕਿਹਾ ਕਿ ਤੁਸੀਂ ਸਾਈਕਲ ਜਾਂ ਸੈਰ ਕਰੋ। ਪਹਿਲਾਂ 6 ਮਹੀਨੇ ਮੈਂ ਸੈਰ ਕੀਤੀ, ਬਟ ਬੇਟੇ ਨੂੰ ਸਾਈਕਲ ਲੈ ਕੇ ਦਿੱਤਾ ਹੁੰਦਾ ਸੀ, ਸਿੰਪਲ ਸਾਈਕਲ ਸਨ ਕ੍ਰੋਸ ਦਾ, ਉਹ ਸਾਈਕਲ ਲੈ ਕੇ 10 ਕਿਲੋਮੀਟਰ ਪਹਿਲੀ ਵਾਰੀ ਮੈਂ ਜਦੋਂ ਗਿਆ, ਅਤੇ ਮੈਂ ਪਹਿਲੀ ਵਾਰੀ ਜਦੋਂ ਗਿਆ 10 ਕਿਲੋਮੀਟਰ 'ਤੇ, ਅਤੇ ਇਹ ਸੋਚਦਾ ਸੀ ਕਿ ਮੈਂ ਵਾਪਸ ਕਿੱਦਾਂ ਘਰ ਜਾਣਾ। ਅੱਛਾ ਜੀ, ਤਾਂ ਉਦੋਂ ਲੱਤਾਂ ਫੁੱਲ ਗਈਆਂ ਹੋਣਗੀਆਂ, ਲੱਤਾਂ ਕੰਬਦੀਆਂ ਵੀ ਹੋਣਗੀਆਂ? ਲੱਤਾਂ ਨਹੀਂ, ਇਹ ਬੇਸਿਕ ਪ੍ਰੋਬਲਮ, ਪਹਿਲਾਂ ਵੀ ਮੈਂ ਸਪੋਰਟਸ ਪਰਸਨ ਰਿਹਾ ਹਾਂ, ਕਿਉਂਕਿ ਮੈਂ ਕਾਲਜ ਟਾਈਮ ਦੇ ਵਿੱਚ ਬਾਕਸਿੰਗ ਚੈਂਪੀਅਨ, ਬੈਂਟਮ ਵੇਟ ਦੇ ਵਿੱਚ 3 ਸਾਲ ਲਗਾਤਾਰ ਰਿਹਾ, ਮੈਂ ਨੈਸ਼ਨਲ ਚੈਂਪੀਅਨ ਵੀ, ਫਿਰ ਬਾਅਦ ਜੁਡੋ ਕੀਤੀ ਹੈ, ਫੁੱਟਬਾਲ ਖੇਡਦਾ ਰਿਹਾ ਜੀ, ਅਤੇ ਆਲਮੋਸਟ ਸਾਡੀ ਜਿਹੜੀ ਫੈਮਿਲੀ ਸਾਰੀ ਹੈ ਨਾ ਉਹ ਸਪੋਰਟਸ ਦੇ ਵਿੱਚੋਂ ਹੀ ਨਿਕਲ ਕੇ ਆਈ, ਮੇਰੇ ਤਾਇਆ ਜੀ, ਮੇਰੇ ਫਾਦਰ ਸਾਹਿਬ, ਬ੍ਰਦਰ ਮੇਰਾ, ਆਲਮੋਸਟ ਸਾਰੇ ਸਾਡੇ ਆਪਾਂ ਸਪੋਰਟਸ ਦੇ ਵਿੱਚੋਂ ਹੀ ਆ, ਅਤੇ ਜਿਸ ਕਰਕੇ ਮੈਨੂੰ ਥੋੜ੍ਹਾ ਜਿਹਾ ਇੰਨਾ ਨਹੀਂ ਹੋਇਆ, ਬਟ ਇਹ ਜ਼ਰੂਰ ਹੋਇਆ ਕਿ ਮੈਂ 10 ਕਿਲੋਮੀਟਰ ਘਰ ਤੋਂ ਦੂਰ ਆਇਆ, ਕਿ ਮੈਂ ਸ਼ਾਮ ਦਾ ਟਾਈਮ ਆ, ਮੈਨੂੰ ਕੋਈ ਮਿਸਹੈਪਮੈਂਟ ਹੋ ਜਾਂਦੀ ਹੈ, ਉਦੋਂ ਮੈਂ ਕੀ ਕਰਾਂਗਾ, ਇੱਦਾਂ ਕਰਾਂ। ਪਹਿਲਾਂ ਇੱਕ ਵਾਰੀ ਮੈਨੂੰ ਮਹਿਸੂਸ ਹੋਇਆ ਕਿ ਮਤਲਬ ਮੈਂ ਯਾਰ ਜੋ ਵੀ ਕਰ ਰਿਹਾ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ। ਫਿਰ ਉਸ ਤੋਂ ਬਾਅਦ ਹੁਸ਼ਿਆਰਪੁਰ ਇੱਕ ਕਲੱਬ ਸੀਗਾ, ਪੰਜਾਬ ਬਾਈਕਰ ਕਲੱਬ, ਉਹਨਾਂ ਦੇ ਸਦੱਸਿਆ ਮਿਲੇ ਮੈਨੂੰ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਈਕਲਿੰਗ ਕਰ ਸਕਦੇ ਹੋ। ਫਿਰ ਮੇਰੇ ਕੋਲ ਸਾਈਕਲ ਵੀ ਸਿੰਪਲ ਸੀਗਾ, ਅਤੇ ਮੈਨੂੰ ਕਿਹਾ ਗਿਆ ਕਿ ਵੀ ਜੀ ਤੁਸੀਂ ਸਾਈਕਲ ਨਵਾਂ ਲਓ, ਫਿਰ ਤੁਹਾਨੂੰ ਪਤਾ ਲੱਗੇਗਾ ਸਾਈਕਲ ਹੁੰਦਾ ਕੀ ਆ। ਬਟ ਮੈਂ ਕਿਸੇ ਕੋਲ ਮੰਗਵਾਂ ਸਾਈਕਲ ਲਿਆ ਸੀ, ਅਤੇ ਮੇਰੇ ਕਿਸੇ ਫਰੈਂਡ ਨੇ ਮੈਨੂੰ ਕਮੈਂਟ ਕਰਤਾ ਕਿ ਅਗਰ ਤੁਸੀਂ ਲੜਾਈ ਲੜਨੀ ਹੈ ਤਾਂ ਹਥਿਆਰ ਤੁਹਾਡੇ ਆਪਣੇ ਹੋਣੇ ਚਾਹੀਦੇ, ਅਤੇ ਜਿਸ ਕਰਕੇ ਫਿਰ ਮੈਂ ਇਮੀਡੀਏਟਲੀ ਮੈਂ ਨਾਲ ਪਤਾ ਕੀਤਾ ਵੀ ਸਾਈਕਲ ਕਿੱਥੋਂ ਮਿਲਦੇ ਨੇ ਜਿਹੜੇ ਹਾਈ ਟੈਕਨੀਕ ਵਾਲੇ, ਅਤੇ ਆਪਾਂ ਛੋਟਾ ਸ਼ਹਿਰ 'ਚ ਹੁਸ਼ਿਆਰਪੁਰ ਹੈ, ਉਹਦੇ ਵਿੱਚ ਇੰਨਾ ਨਹੀਂ ਸਾਈਕਲਿੰਗ ਵਾਲੀ ਨੌਲੇਜ, ਸਾਨੂੰ ਇੰਨਾ ਦੱਸਿਆ ਗਿਆ ਕਿ MTV ਸਾਈਕਲ ਲੈਣਾ, ਮੈਨੂੰ MTV ਦੀ ਫੁੱਲ ਫੋਰਮ ਦਾ ਨਹੀਂ ਸੀ ਪਤਾ ਹੁੰਦਾ ਕਿ MTV ਹੁੰਦਾ ਕੀ ਹੈ। ਫਿਰ ਉਹਨਾਂ ਦੱਸਿਆ ਕਿ MTV ਮਾਊਂਟੇਨ ਬਾਈਕ ਹੁੰਦਾ, ਦੈਨ ਉਸ ਤੋਂ ਬਾਅਦ ਫਿਰ ਮੈਂ ਉਹ ਸਾਈਕਲ ਲੈ ਕੇ ਲੁਧਿਆਣੇ ਗਿਆ ਜੀ, ਲੁਧਿਆਣੇ ਸਾਈਕਲ ਲੈ ਕੇ ਆਇਆ ਜੈਂਟ ਦਾ ਜੀ,
ਫਿਰ ਤੁਸੀਂ ਲੁਧਿਆਣੇ ਚਲਾ ਕੇ ਲੈ ਕੇ ਆਏ? ਹਾਂਜੀ, ਉਹ ਮੈਂ ਲੁਧਿਆਣੇ ਜਦੋਂ ਲੈ ਕੇ ਆਇਆ, ਚਲਾ ਕੇ ਲੈ ਕੇ ਆਇਆ, ਬਟ ਜਦੋਂ ਰਾਤ ਹੋ ਗਈ ਤੇ ਬੰਬੇ ਸਾਈਕਲ ਤੇ ਫਿਰ ਮੈਨੂੰ ਸਾਈਕਲ ਖੜਾ ਕਰਨਾ ਪਿਆ। ਉਹ ਕਹਿੰਦੇ ਕਿ ਨਹੀਂ, ਤੁਹਾਨੂੰ ਸਹੀ ਸਾਈਕਲ ਆਪਣੇ ਤੋਂ ਹੁਸ਼ਿਆਰਪੁਰ ਪਹੁੰਚਦਾ ਕਰ ਦਾਂਗੇ, ਤੁਹਾਨੂੰ ਇੱਦਾਂ ਨਹੀਂ ਕਰਨਾ। ਅੱਛਾ, ਫਿਰ ਜਿਸ ਕਰਕੇ ਫਿਰ ਮੈਨੂੰ ਨੈਕਸਟ ਡੇ ਮੇਰਾ ਸਾਈਕਲ ਮੇਰੇ ਹੁਸ਼ਿਆਰਪੁਰ ਘਰ ਪਹੁੰਚਾਇਆ ਗਿਆ, ਤੇ ਉਹ ਰੇਸ ਵੀ ਮੈਂ ਰਿਕਾਰਡ ਦੇ ਥਰੂ ਹੀ ਜਿੱਤੀ ਸੀ। ਉਹਦੇ ਵਿੱਚ ਮੇਰੇ ਕੋ ਪਾਰਟਨਰ ਸੀ ਆਪਣੇ ਜਲੰਧਰ ਤੋਂ ਹੀ ਸੀ, ਅਮਿਤ ਕੁੰਦਰਾ ਜੀ ਤੇ ਪਨੇਸਰ ਸਰ ਸੀ। ਇਹ ਦੋਨਾਂ ਨਾਲ ਮੈਂ ਰਾਈਡ ਕੀਤੀ, ਬਹੁਤ ਮਜ਼ਾ ਆਇਆ। ਅੱਛਾ, ਤੇ ਕੁਛ ਸਾਡੇ ਜਿਹੜੇ ਔਰਗਨਾਈਜ਼ਰ ਸੀ ਉਹਨਾਂ ਦੀ ਕਰਕੇ ਗਲਤੀਆਂ ਕਰਕੇ ਸਾਡੇ ਆਪਸ 'ਚ ਹੋ ਗਿਆ ਕਿ ਜੀ ਨਹੀਂ ਇਹ ਫਸਟ ਆਏ, ਸੈਕਿੰਡ ਆਏ, ਇੱਦਾਂ ਆ। ਜਦਕਿ BRM ਦੇ ਵਿੱਚ ਕੋਈ ਫਸਟ ਸੈਕਿੰਡ ਥਰਡ ਨਹੀਂ ਹੁੰਦਾ, ਟਾਈਮ ਪੀਰੀਅਡ ਹੁੰਦਾ। ਅੱਛਾ, ਕਿ ਉਹਨਾਂ ਟਾਈਮ ਦੇ ਵਿੱਚ ਤੁਸੀਂ ਕਵਰ ਕਰਨਾ, ਉਹ ਤੁਹਾਡਾ ਆਪਣਾ ਬੈਸਟ ਟਾਈਮ ਕਿਹੜਾ ਤੁਸੀਂ ਕੱਢਦੇ ਹੋ ਉਹ ਤੁਹਾਡੇ 'ਤੇ ਡਿਪੈਂਡ ਹੈ। ਅੱਛਾ, ਇਹ ਜਿਵੇਂ 70,000 ਤੋਂ ਵੱਧ ਤੁਸੀਂ ਹੁਣ ਤੱਕ 4 ਸਾਲਾਂ ਦੇ ਵਿੱਚ ਚਲਾ ਚੁੱਕੇ ਹੋ ਸਾਈਕਲ, ਤਾਂ ਕਿਹੜੇ ਕਿਹੜੇ ਰੂਟ ਦੇ ਉੱਪਰ ਜ਼ਿਆਦਾ ਤੁਸੀਂ ਜਾਂਦੇ ਰਹੇ ਹੋ, ਜਾਂ ਫਿਰ ਕਿਹੜੇ ਕਿਹੜੇ ਚੈਲੰਜ ਜਿਹੜੇ ਤੁਹਾਨੂੰ ਕਿਸ ਤਰ੍ਹਾਂ ਆਉਂਦੇ ਰਹੇ ਆ, ਕਿੱਥੋਂ ਆਉਂਦੇ ਰਹੇ ਆ, ਉਹ ਸਾਰੇ ਬਾਰੇ ਥੋੜੀ ਡਿਟੇਲ ਦੇ ਵਿੱਚ ਜਾਣਕਾਰੀ ਦਿਓ। ਸਰ, ਪਹਿਲਾਂ ਤਾਂ ਮੈਂ ਇਕੱਲੇ ਚੱਲਦਾ ਹੁੰਦਾ ਸੀ ਜੀ, ਫਿਰ ਮੇਰੇ ਨਾਲ ਮੇਰੇ ਕੋ ਰਾਈਡਰ ਮਿਸਟਰ ਅਸ਼ਵਨੀ ਕੁਮਾਰ ਜੀ ਅਤੇ ਡਾਕਟਰ ਰਮਨ ਸਿੰਘ ਜੀ, ਜੀ ਉਹ ਮਿਲ ਗਏ ਨਾਲ। ਫਿਰ ਉਹਨਾਂ ਨਾਲ ਪਲਾਨ ਕੀਤਾ ਗਿਆ ਕਿ ਹਫ਼ਤੇ 'ਚ 2 ਦਿਨ ਆਪਾਂ ਹਿੱਲ ਕਰਨੀ ਕਰਨੀ ਹੈ, ਹਫ਼ਤੇ 'ਚ 2 ਦਿਨ ਆਪਾਂ ਆਫ ਰੋਡਿੰਗ ਕਰਨੀ ਹੈ। ਸਾਡੇ ਤਾਂ ਉੱਧਰ ਹੁਸ਼ਿਆਰਪੁਰ ਤੋਂ ਨੇੜੇ ਹੀ, ਤਕਰੀਬਨ 10-15 ਕਿਲੋਮੀਟਰ ਤੋਂ ਬਾਅਦ ਸਾਡਾ ਹਿੱਲ ਸ਼ੁਰੂ ਹੋ ਜਾਂਦਾ। ਸਾਨੂੰ ਬਹੁਤ ਵਧੀਆ ਉੱਧਰਲਾ ਏਰੀਆ, ਸਾਡੇ ਰੂਟਸ ਬਹੁਤ ਵਧੀਆ ਨੇ। ਅਗਰ ਪਲੇਨ ਕਰਨਾ ਹੈ ਤੁਸੀਂ ਪਲੇਨ ਕਰ ਲਓ। ਇੱਕ ਹੁਸ਼ਿਆਰਪੁਰ ਇਹੋ ਜਿਹੀ ਸਿਟੀ ਹੈ ਕਿ ਤੁਸੀਂ ਕਿਸੇ ਸਾਈਡ ਨੂੰ ਚੱਲ ਜਾਓ, ਅਗਰ ਜੇ ਤੁਹਾਨੂੰ ਡਾਊਨ ਜਾਂਦੀ ਵਾਰ ਮਿਲੇਗੀ ਤਾਂ ਵਾਪਸੀ ਤੁਹਾਨੂੰ ਹਿੱਲ ਆਏਗਾ, ਅਤੇ ਉਹ ਮੈਨੂੰ ਪਲੱਸ ਪੁਆਇੰਟ ਬਹੁਤ ਮਿਲਿਆ ਮੈਨੂੰ। ਫਿਰ ਮੈਨੂੰ ਬਸ ਸ਼ੌਂਕ ਇਹ ਪੈ ਗਿਆ ਕਿ ਮੈਂ ਨਵੇਂ ਨਵੇਂ ਰੂਟ ਦੇਖਣੇ, ਕਿਉਂ ਗੱਡੀ 'ਤੇ ਜਾਣਾ ਕਰਨਾ, ਗੱਡੀ 'ਤੇ ਰੂਟ ਨਿਕਲ ਜਾਣਾ ਕਰਨਾ ਕੋਈ ਪਤਾ ਨਹੀਂ ਸੀ ਲੱਗਦਾ ਹੁੰਦਾ। ਬਟ ਜਦੋਂ ਸਾਈਕਲਿੰਗ ਚਲਾਉਣ ਲੱਗੇ, ਸਾਈਟ ਸੀਨ, ਮੋਰਨਿੰਗ ਸਵੇਰੇ ਉੱਠ ਕੇ ਸੂਰਜ ਤੋਂ ਪਹਿਲੀਆਂ ਕਿਰਨਾਂ ਜਿਹੜੀਆਂ ਦੇਖਣੀਆਂ, ਚਿੜੀਆਂ ਦੀ ਚਿਕ ਚਹਾਟ, ਉਹ ਕੁਛ ਅਲੱਗ ਹੀ ਮਜ਼ਾ ਸੀ, ਅਲੱਗ ਸਕੂਨ ਮਿਲਦਾ ਸੀ, ਜਿਸ ਕਰਕੇ ਫਿਰ ਮੈਂ ਸਾਈਕਲ ਨੂੰ ਜ਼ਿਆਦਾ ਪਿਆਰ ਕਰਨ ਲੱਗ ਪਿਆ। ਅਤੇ ਫਿਰ ਜਨੂੰਨ ਜਿਹਾ ਪੈਦਾ ਕਰ ਲਿਆ ਆਪਣੇ ਕਿ ਨਹੀਂ ਮੈਂ ਇਹ ਕਰਨਾ ਆ। ਬੜੀਆਂ ਮੈਨੂੰ ਔਕੜਾਂ ਆਈਆਂ, ਕਈਆਂ ਨੇ ਕਿਹਾ ਜੀ ਇਹ ਰਾਈਡਰ ਬਹੁਤ ਫਾਸਟ ਹੈ ਜੀ, ਇਹਨਾਂ ਨੂੰ ਤੁਸੀਂ ਰਾਈਡ ਨਹੀਂ ਕਰ ਸਕਦੇ, ਇਹ ਤੁਹਾਨੂੰ ਲੱਗਣਾ, ਕਿਉਂਕਿ ਉਹਨਾਂ ਕੋਲ ਰੋਡ ਬਾਈਕ ਹੁੰਦੇ ਸੀ, ਮੇਰੇ ਕੋਲ MTB ਹੁੰਦਾ ਸੀ, ਬਟ ਮੈਨੂੰ ਆਪਣੇ ਆਪ 'ਤੇ ਵਿਸ਼ਵਾਸ ਸੀਗਾ ਕਿ ਮੈਂ ਕਰ ਸਕਦਾ ਕੁਛ। ਫਿਰ ਉਸ ਤੋਂ ਬਾਅਦ ਮੈਂ ਜਿਹੜੇ ਲੁਧਿਆਣੇ ਦੇ ਰਾਈਡਰ ਜਾਂ ਪਟਿਆਲੇ ਦੇ ਰਾਈਡਰ ਵਧੀਆ ਰਾਈਡਰ ਸੀਗੇ ਜਿਹੜੇ ਕਿ ਸਾਰਿਆਂ ਦੇ ਨਾਲ ਮੈਂ ਪੂਰੀ ਫਾਈਟ ਕੀਤੀ, ਸਾਰਿਆਂ ਨੇ ਮਤਲਬ ਕਿਹਾ ਕਿ ਨਹੀਂ ਹੈਨੀ ਪਿੰਡਰ ਤੂੰ ਕੁਛ ਕਰ ਸਕੇਗਾ। ਸੋ ਕੁਛ ਬਰੀਕੀਆਂ ਮੈਨੂੰ ਲੁਧਿਆਣੇ ਦੇ ਸਮੀਤ ਸੋਨੀ ਜੀ, ਵਿਨੀਤ ਭਾਟੀਆ ਜੀ, ਹੋਰ ਮੇਰੇ ਸੀਨੀਅਰ ਰਾਈਡਰ ਜਿੰਨੇ ਵੀ ਸੀਗੇ, ਉਹਨਾਂ ਨੇ ਮੈਨੂੰ ਕਾਫੀ ਬਰੀਕੀਆਂ ਦਿੱਤੀਆਂ, ਆਸ਼ੀਸ਼ ਭਾਟੀਆ ਜੀ ਨੇ, ਜਿਸ ਕਰਕੇ ਮੈਨੂੰ ਸਾਈਕਲਿੰਗ ਦੇ ਵਿੱਚ ਮੈਨੂੰ ਸਾਰਿਆਂ ਦਾ ਬਹੁਤ ਪਿਆਰ ਮਿਲਿਆ। ਅੱਛਾ, ਇਹ ਤੁਸੀਂ ਸਭ ਤੋਂ ਵੱਧ ਸਾਈਕਲ ਕਿਹੜੇ ਦਿਨ ਚਲਾਇਆ ਹੁਣ ਤੱਕ, ਸਭ ਤੋਂ ਵੱਧ ਇੱਕ ਦਿਨ ਦੇ ਵਿੱਚ ਕਿੰਨਾ ਸਾਈਕਲ ਚਲਾਇਆ ਤੁਸੀਂ? ਸਰ, ਡਿਊਰਿੰਗ ਜੇ ਤਾਂ ਮੈਂ ਗੱਲ ਕਰਾਂ BRM ਦੀ, ਉਹਦੇ ਵਿੱਚ ਤਾਂ ਮੇਰਾ ਟਾਰਗੇਟ ਹੁੰਦਾ ਸੀ ਕਿ ਮੈਂ 400+ ਕਿਲੋਮੀਟਰ ਡੇਲੀ ਕਰਨਾ ਹੈ। ਇੱਕ ਫਲੈਸ਼ ਹੁੰਦੀ ਹੈ ਸਾਡੇ 24 ਘੰਟੇ ਦੇ ਵਿੱਚ ਤੁਸੀਂ ਕਿੰਨਾ ਤੁਸੀਂ ਸਾਈਕਲ ਕਰਦੇ ਹੋ, ਉਹ ਆਲ ਓਵਰ ਇੰਡੀਆ ਦੇ ਵਿੱਚ ਅਲੱਗ ਅਲੱਗ ਕਲੱਬਸ ਕਰਾਉਂਦੇ ਨੇ। ਲਾਸਟ ਟਾਈਮ 'ਤੇ ਸਾਡੇ ਕਲੱਬ ਦੇ ਪ੍ਰਧਾਨ ਰੋਹਿਤ ਸ਼ਰਮਾ ਜੀ ਹੌਕ ਰਾਈਡਰ ਦੇ, ਇਹਨਾਂ ਨਾਲ ਮੈਂ ਰਾਈਡ ਕੀਤੀ ਸੀਗੀ ਦਿੱਲੀ ਆਪਣੇ ਜਲੰਧਰ ਤੋਂ ਲੈ ਕੇ ਦਿੱਲੀ ਤੱਕ, ਬਟ ਉਸ ਦੇ ਵਿੱਚ ਮੈਂ ਸੈਕਿੰਡ ਆਇਆ ਸੀਗਾ, ਕਿਉਂਕਿ ਜਿਹੜੀ ਦੂਸਰੀ ਟੀਮ ਸੀਗੀ ਉਹਨਾਂ ਨੇ ਸ਼ਿਮਲੇ ਤੋਂ ਸ਼ੁਰੂ ਕੀਤੀ ਸੀ ਅਤੇ ਉਹਨਾਂ ਨੇ ਦਿੱਲੀ ਖਤਮ ਕੀਤੀ ਸੀ, ਕਿਉਂਕਿ ਉਹਦੇ 'ਚ 100 ਕਿਲੋਮੀਟਰ ਡਾਊਨ ਸੀਗਾ, ਡਾਊਨ 'ਤੇ ਤੁਹਾਡਾ ਜ਼ੋਰ ਨਹੀਂ ਲੱਗਦਾ। ਅਤੇ ਉਹਦੇ ਵਿੱਚ ਮੇਰੇ ਨਾਲ ਦੇ ਸਾਥੀ ਜਿਹੜੇ ਮੇਰੇ ਸੀਗੇ, ਉਹ ਬਸ ਇਹੀ ਕਹਿਣ ਲੱਗ ਪਏ ਕਿ ਅਗਰ ਜੇ ਆਪਾਂ ਉਹਨਾਂ ਜ਼ਿਆਦਾ ਕਰ ਵੀ ਲਵਾਂਗੇ ਤਾਂ ਸਾਨੂੰ ਮਿਲੇਗਾ ਕੀ, ਪਰ ਮੈਨੂੰ ਇਹ ਸੀਗਾ ਨਹੀਂ, ਮੈਂ ਕਿਹਾ ਜੇ ਉਹ ਕਰ ਸਕਦਾ ਆਪਾਂ ਜ਼ਰੂਰ ਕਰਨਾ ਹੈ। ਉਹਦੇ ਵਿੱਚ ਮੈਂ 425 ਕਿਲੋਮੀਟਰ ਕੀਤਾ ਸੀ ਅਤੇ ਉਹਨਾਂ ਨੇ 450 ਕਿਲੋਮੀਟਰ, ਸਿਰਫ 25 ਕਿਲੋਮੀਟਰ ਦੇ ਵਿੱਚ ਮੇਰਾ ਮਹਿਸੂਸ ਹੋਇਆ ਕਿ ਨਹੀਂ ਮੈਂ 25 ਕਿਲੋਮੀਟਰ ਕਰ ਸਕਦਾ ਸੀ। ਅੱਛਾ, ਮਤਲਬ ਇੱਕ ਦਿਨ ਦੇ ਵਿੱਚ ਤੁਸੀਂ 400 ਤੋਂ ਵੱਧ ਕਿਲੋਮੀਟਰ ਸਾਈਕਲ ਚਲਾ ਲਿਆ? ਟਾਰਗੇਟ ਸੋਚਿਆ ਮੈਂ ਆਪਣਾ ਟਾਰਗੇਟ ਸੋਚਿਆ ਹੁੰਦਾ ਜੀ ਕਿ ਮੈਂ ਅੱਜ ਜਿਸ ਤਰ੍ਹਾਂ ਹੁਣ ਮੈਂ 1400 ਕੀਤੀਆਂ 2 ਵਾਰੀ ਜੀ, 1000 ਕੀਤੀ ਹੈ, 1200 ਕੀਤੀ ਹੈ, ਇਹ ਰਾਈਡਾਂ ਜਿੰਨੀ ਵੱਡੀਆਂ ਰਾਈਡਾਂ ਜਿੰਨੀ ਵੀ ਹੈ ਨਾ, ਤਾਂ ਡੇਲੀ ਮੈਂ ਆਪਣਾ ਟਾਰਗੇਟ ਲੈ ਕੇ ਚੱਲਦਾ ਹੁੰਦਾ ਕਿ ਮੈਂ ਇਹ ਟਾਰਗੇਟ ਇੰਨਾ ਅਚੀਵ ਆਪਾਂ ਨੂੰ ਕਰਨਾ ਹੈ, ਉਹਦੇ 'ਚ 20+ ਜਾਂ ਮਾਈਨਸ ਹੋ ਜੇ ਉਹ ਡਜ਼ਨ ਮੈਟਰ, ਉਹ ਜਿੰਨੀ ਮੈਂ ਲੀਡ ਲੈ ਜਾਣਾ ਉਹ ਨੈਕਸਟ ਡੇ ਮੈਨੂੰ ਫਾਇਦਾ ਕਰਦੀ ਹੈ। ਹੁਣ ਤੱਕ ਕਿਹੜੇ ਕਿਹੜੇ ਰਿਕਾਰਡ ਤੁਸੀਂ ਆਪਣੇ ਨਾਮ ਕੀਤੇ ਆ, ਕਿਉਂਕਿ ਮੈਂ ਪੜ੍ਹ ਰਿਹਾ ਸੀਗਾ ਕਿ 21 ਜੂਨ ਨੂੰ ਸਭ ਤੋਂ ਵੱਡਾ ਜਿਹੜਾ ਦਿਨ ਸੀਗਾ ਆਪਣੇ, ਸਭ ਤੋਂ ਵੱਧ ਤੁਸੀਂ ਸਾਈਕਲ ਉਸ ਦਿਨ ਚਲਾਇਆ 375 ਕਿਲੋਮੀਟਰ, ਤਾਂ ਉਸ ਦਿਨ ਬਾਰੇ ਥੋੜ੍ਹਾ ਜਿਹਾ ਦੱਸੋ ਅਤੇ ਉਸ ਰਿਕਾਰਡ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦਿਓ। ਸਰ, ਲੇਟੈਸਟ ਹੁਣ 21 ਜੂਨ ਜਿਹੜੀ ਲੰਘੀ ਹੈ, ਇਹ ਜਲੰਧਰ ਬਾਈਕਿੰਗ ਕਲੱਬ JBC ਕਲੱਬ, ਬਹੁਤ ਮਸ਼ਹੂਰ ਕਲੱਬ ਹੈ, ਸਾਰਾ ਪੁਰਾਣਾ ਕਲੱਬ ਹੈ ਇੱਥੇ ਦਾ, ਇਹਨਾਂ ਨੇ ਇੱਕ ਚੈਲੰਜ ਔਰਗਨਾਈਜ਼ ਕੀਤਾ ਸੀ ਕਿ ਲੌਂਗੈਸਟ ਡੇ ਲੌਂਗੈਸਟ ਰਾਈਡ, ਬਟ
मैं कभी सोचा भी नहीं सी कि मैं इस रूट नू फड़ांगा जां मतलब इस चैलेंज नू एक्सेप्ट करांगा, क्योंकि मैं अपने डेली रूटीन च जिहड़ा अपना जो चलना सी उह करदा हुंदा सी। 100 किलोमीटर कर लिया, 150 किलोमीटर कर लिया, मैनूं खुशी हुंदी सी कि मैं 100 तों जिन्ना प्लस करदा सी कि मेरा 1 किलोमीटर होर जुड़दे ने इहने। ते उहदे विच 100 किलोमीटर करन तों बाद फिर मैं अपना रजिस्ट्रेशन कराई इहनां दी कि मैं मेरा कर सकदा। कहिंदे हाँ जी तुसीं रजिस्ट्रेशन जदों मर्जी कर सकदे आ, रात दे 12 बजे तों लै के अगले दिन 12 बजे तक, 24 घंटे दे विच तुसीं अपना करना है। तो मैनूं बड़ी खुशी होई कि मैनूं उन्होंने रजिस्ट्रेशन मेरा किया। तो उस दिन थोड़ी बदलबारी भी सी, सूरज ग्रहण लगा हुआ सी जी जी, तो गर्मी थोड़ी ज़्यादा सी, बहुत ज़्यादा हुमस, बहुत हुमस ज़्यादा। पर इन्होंने एक गया सी कि तुसीं ड्राफ्टिंग कर सकते हो, ड्राफ्टिंग तुसीं ट्रक ना करो, तुसीं करो जिहदा मर्जी कर सकते। जिहड़ी BRM वगैरह हुंदी उह च आपां ड्राफ्टिंग नहीं कर सकते हो कहिंदे आ सी कि जो इन्होंने ड्राफ्टिंग का मैंने अलाउ, आप फिर ट्रक के मगर ला के जां कोई वड्डी गड्डी के मगर ला के घंटे के विच आपां 30 जां 35 किलोमीटर करते सी, वो आप 35-35, 40-40 किलोमीटर पर आवर के करी गए। वो फिर बस कहते कल चले से तो कारवा बनता गया। वो एक ट्रक छड़दे सीगे, दूजा ट्रक मिल जाता सीगा, दूजा छड़दा सी कोई ट्रॉली मिल जाती सी। उहदे विच मैं 13.5 घंटे 350-350 किलोमीटर कर लिया। मैंने ये सीगा कि मैं 400 किलोमीटर करा। तो मैं मॉर्निंग उदन भी 4:30 बजे राइड स्टार्ट की सी, तो रात में 10-10:30 बजे क्लोज करती सी राइड अपनी। तो फिर मैं कहा नहीं यार 4:30 मैंने 350 घट है, मेरी फाइट किसी ना भी हो सकती है कि मैं टारगेट जो देना आ तो घट्टो घट 400+ या नियर अबाउट 400 होना चाहिए। एक दिमाग च यही सीगा कि मेरे तो दूजा जिहड़ा राइडर है वह वधिया करेगा वगैरह। तो मिस्टर गुरप्रीत सिंह जी वो भी वधिया राइडर ने, इतों जलंधर तो ने, वो भी डेली 100 कर रहे हैं। मेरे ख्याल अज 48वीं 49वीं उन्होंने सेंचुरी है कंटिन्यूस। तो पता किमें लगता है कोई रिकॉर्ड है तो कोई कोई ऐप है वो बारे? ये स्टावा ऐप है जी, वो जो करते हो वो थोड़ी एक अपनी ईमानदारी है। अच्छा, जोड़ा लाइव चैलेंज जो करते हो वो अगर चीटिंग करते हो, तुम किसी चीटिंग नहीं करते, खुद अपने आप चीटिंग करोगे। अगर तुम करोगे तो खुद अपने लिए करोगे। जे तुसी राइड सच्चे दिल ना सही ढंग ना करोगे तो तुहानू ही बॉडी नू बेनीफिट देगी, तुहानू ही एक स्टैप उपर ले जाएगी। अच्छा, जदों साइकलिंग शुरू की 2016 दे विच, उस तो पहला हनी पिंडर अपने शरीर लई की महसूस करदे सी, ते साइकलिंग करन तो बाद तुसी की महसूस कीता अपने शरीर दे? सर मैं कॉलेज टाइम दे बॉक्सिंग करदा रहा, जूडो करदा रहा, बॉक्सिंग बैन हो गई सी पंजाब यूनिवर्सिटी च, फिर जूडो शुरू करती। दैन कॉलेज खत्म होया उस तो बाद आपां फुटबॉल शुरू करता। आफ्टर मैरिज हो गई फिर आप बिल्कुल टोटली सारी गेम छड़ता है। अच्छा, बाइक कट करता। हेल्दी वाइज काफ़ी मोटे हो गए, वेट ओवर हो गया। तो मैडम ने भी मैं कहना करना कि तुम ओवर वेट होंगे या तुम कुछ करो, तुम गोकड़ जी क्ढन लग पे हो, इदा कर लग पे हो। मेरी मैडम ने मेरा बहुत साथ दिता। मैं कितने भी जाना तो मैडम पूछे बगैर ही कि मैडम मैं इन्ने दिन वास्ते जा रहा, मैडम ने कभी नहीं मैंने रोकया। उन्होंने एप्रीशिएट करना कि भी तुम नहीं करो, वधिया वधिया कर सकते हो। तो फिर उस तो बाद जो साइकिलिंग वास्ते मैं पहली बार जो 200 किलोमीटर की थी, फिर एक ना वो भुख जी वधन लग पई मैनू कि मैं 200 की थी, मैं 300 करा, मैं 500 करा, शायद फिर मैं बड़िया बड़िया राइडा लभनिया कि बड़िया राइड कितने होनी है। पहले इतने पंजाब च राइडा इन घट हों, ज़्यादा सानू घट्टो घट दिल्ली नागपुर या बॉम्बे बाहर जाना पैंदा हुंदा सी। बट हुण 2-3 क्लब इतने हुशियार अपने जलंधर का जिहड़ा हॉक राइडर है ये खुल गया, बठिंडे खुल गया, लुधियाने खुल गया, पटियाले खुल गया। तो सानू बहुत ही हुण दूर जाना नहीं पैंदा, इस करके जिहड़ा पंजाब दा सानू बेस्ट क्लब है हॉक राइडर है। फिर मैनू मौका मिलिया कि हॉक राइड नू ज्वाइन करना चाहिए कि मेरी गुड लक सी कि मैं हॉक राइड नू ज्वाइन किया। इंडिया दे विच तां तुसी तकरीबन मैनू लगदा कोई स्टेट जां कोई शहर छड्डिया नहीं होना साइकिल दे उत्ते, ते कोई इंडिया तो बाहर भी करन गए हो तुसी राइड? हाँ जी सर, मैं इंडिया दे विच तकरीबन सारी स्टेटां दे, सिर्फ नॉर्थ ईस्ट वाली स्टेटां घट कीतियां ने, बाकी सर मैं जब J&K तो लैके थले केरला तक सारा मैं कवर किया साइकिल के उ। इस तो अलावा मैं नेपाल दिल्ली तो नेपाल जी राइड हुई सी काठमांडू ली वो की जी। फिर आप रीसेंटली हूँ आप PBBB जिन पैरिस ब्रिस पैरिस जो ईवेंट जरा साइकिलिंग दुनिया के सारे व्डा मनिया जाता है, फ्रांस के हों, आप हूँ आप 2019 गए थे। तो साढ़ा नवा एक्सपीरियंस होने करके सानू थोड़ा जहा डी रूट होना पाया उ, क्योंकि सानू लैंग्वेज प्रॉब्लम भी सी, क्योंकि फ्रेंच तो अलावा बोल नहीं सी।
कुछ उ नवा साढ़े लिए वैदर से वैदर काफ़ी डिफरेंट सी सारे सिचुएशन बट मैं उन्होंने अपने फेलियर नहीं मनागा वो चैलेंज मैं मनागा कि नैक्सट मैं उन्होंने कंप्लीट करा मैं मेन टारगेट उन्होंने लैके चल रहा हाँ पर भी चलो जे जित नहीं सके तो सीख्या बहुत कुछ होगा बिल्कुल बिल्कुल मतलब जोड़ा सीखने को मिले ना जी मैं वेस्ट नहीं कहूँगा जी मैंने ये बहुत चीज़ा मैं काउंट हुई जीडिया कि मैं उ चीज़ा मैं कर सकता सी मैं जो नहीं कर सकया क्योंकि वो हर एक जगह चीटिंग बहुत होंगी है जबकि उन्होंने ऑर्गेनाइजेशन का बहुत वधिया उ मैनेज किया होंगे हर थान मार्किंग की होंगी है तो साढ़े लिए जोड़ा इंटरनेशनल लैवल से सैकलिंग चलाना सगा ना फस्ट साड़ा एक्सपीरियंस है और जोड़े साढ़े तो सीनियर राइडर से जोड़े वो जो साइन बोर्ड लगे होंगे वो या तो टेढ़े कर जाते ला के लै जाते मैं सोचा कि पंजाब दे विच ही कबला हुंदा कला अच्छा बाहर भी होंगे सब पासे होंगे जी सब पासे होंगे जी अच्छा वो साइन बोर्ड वाला साइन बोर्ड वो ला के लै जाते जिदा उन्होंने एरो लाया जी इस पुट्ठा कर देना साढ़े तो जिदा हम साइन अपने चौंक आंदा चार रस्ते होंगे ने उत्थे कई चौंक इदा दे जिथे सत सत रस्ते सानू ये नहीं पता एग्जैक्ट कितों होना है तो आप इन कितों आए हैं कन्फ्यूज हो जाते और 421 किलोमीटर तक मैं उत्थे मैं बिल्कुल ठीक चलिया 421 किलोमीटर चौंक तो बाद मैं उतों साइन बोर्ड रात का टाइम से मैं साइन बोर्ड नहीं मिलया कित भी मैं अंदाजे जे नाल मैं निकल गया जी उतों बट जो मैं निकलिया तो मगे मेन जरा मोटरवे जिते वड्डिया गड्डिया चलते जिते सैकल आउट नहीं है मैं उत्थे जो चला गया तो उस इमीजिएटली पुलिस वाले आ गए उन्होंने साडी ड्रैस देखी कि जेडे राइडर उन्होंने मैं उतों सेफ साइड बाहर कढ़िया तो मैं दस्या कि तुम इधर जाओ 84 किलोमीटर रहिंदा सीगा मेरा तीन घंटे मैं कवर कर सकता सीनू पर लेकिन वह यह होंगे जी कि तुसी एक या दो तुसी तुहानू मिलदे हो चेक पॉइंट तो उस कॉम्पीटिशन दे विच मेरे भी एक दो मित्र गए थे वो वैदर का भी बड़ा प्रॉब्लम हुई उ कि जो वैदर इतों सोच के गए थे वैदर ठीक है रोड का उन्होंने भी कहा कि हाँ रोड की कोई सीगा डिफिकल्टी जिहड़ियां तुसी दसियां पर वैदर का बहुत प्रॉब्लम सी वैदर का जी अज तक वो दस रहे हैं जिन्ना भी अज तक उ हुई है जी 19वीं सी ये पीवीपी 19 सारा जो वैदर जो सारे खतरनाक हैडविंड इन्नी जबरदस्त सी कि साइकिल तुम अगर तुसी पैडल एक अगे करते हैं तो दो पैडल पिछे नहीं जाता साइकिल तो उसे तुसू एक हिल होरों हैडविंड हो एक तुहानू रूट ना पता हो तो जेडे गुड लक जिन्हां दी सीगी जिहड़ा कि पहला एडवांस स्टार्ट करके चल गए वो निकल गए वधिया रह गए बट आप जो 84 आवर वाले से आप 90 आवर वाले कवर कर लिया जो 90 आवर वाले साढ़े तो पहले चले हुए थे वो रात में चले से आप अगले दिन मॉर्निंग चले से आप काफ़ी जन कवर कर लिया बट बैडलक साड़ी ये रही कि आप थोड़ा ग्रुप वड्डा होने करके तकरीबन हर एक घर च दो जी होने सामने औखे होंगे तो उसे पूरे ग्रुप में सामना बहुत ज्यादा वही गल है सो बहुत गल्लां नवीं सिखियां उत्थे नैक्सट टाइम कोशिश करांगे कि आपां टारगेट कह सकते हैं कि हुण जदों ओह आऊगा ओह फ्रांस वाला ओही इवेंट जिहड़ा टारगेट है तुहाडा हाँ मेन टारगेट मेरा ओही है मेन उहदे वास्ते ही मैं चल रहा अखीर दे विच कुछ नौजवानां नूं वैसे सेध क्योंकि हुण तां वैसे साइकलिंग ज़्यादा करन लग गया लॉकडाउन तों बाद लोक बहुत ज़्यादा साइकलिंग तुसीं हुशियारपुर भी देखा होगा जलंधर दे विच तां बहुत ज़्यादा करन लग गए कोई नौजवानां नूं जां अपने हम उम्र जिहड़े घरे बैठे ने जां गोगड़ां जिन्हां ने वधाईआं ने उन्हां लई कोई मैसेज सर मैं तो मैसेज यही कहूँगा कि जैलसी किसी ना करो कॉम्पीटिशन किसी ना करो सैकलिंग कॉम्पीटिशन तुहाडा खुद आ तुहाडे खुद नाल ही है तुहाडा किसी ना कॉम्पीटिशन नहीं है मैं 100 कर रहा तुसी 200 कर रहे मेरा तुहाडे नाल कोई कॉम्पीटिशन नहीं मेरा कॉम्पीटिशन खुद मेरे नाल ही है तुहाडा कॉम्पीटिशन खुद तुहाडे नाल है क्योंकि इहदे विच हुण ये बहुत हो गया हुण सैकलिंग दे विच कि भी इहने ये कीता मैं आ करना मैं आ करना ज़्यादातर आपां हर एक जने जिन्ने भी सैकलिस्ट आ वो हर एक अपने बॉडी लिए करता अपने लिए करता वह जो बेनीफिट उन्होंने ही मिलना अगर तुम 200 करोगे वह 200 का बेनीफिट तुम्हें ही मिलना है तुम्हारी बॉडी फिट होनी है वो मेरी बॉडी फिट नहीं होनी अगर मैं 100 करूँगा वो बॉडी फिट मेरी उन्नी फिट होनी है मेरी नहीं होनी अच्छा एक चीज़ इंपॉर्टेंट मैं पूछनी भूल गया कि साइकिल वेखन लगता भी थोड़ी सस्ती राइड आए वैसे तो हूँ मैं लगता कि ये बहुत ज़्यादा महंगे लखा रुपया हो गए साइकिल दूसरा एक सेफ्टी नू लैके बड़ी चिंता होंगी है क्योंकि साइकिल के उपर वड्डियां गड्डियां वाले कई बार इग्नोर कर देने साइकिल वालों सेफ्टी परपज तो मैं चाहना कि जेडे साइकिल लवर देख रहे हैं राइड लवर उन्हां लई कोई मैसेज कोई क्योंकि तुसीं दुनिया भर के साइकिल चला के आए हो सेफ्टी पक्षों थोड़ा जिहा मैं चाहना कि तुसीं मैसेज दिओ सर सेफ्टी पक्षों सारे पहला तो कि जो भी तुम राइड चाहे छोटी करनी चाहे वड्डी करनी है जो तुम साइकिल हाथ ला लिया ना जी साइकिल हाथ लाने तो पहला तो सिर पर हैलमेट होना कंपलसरी है क्योंकि हैलमेट ही तुम आया क्योंकि मेरी लास्ट
2016 ਚ ਹੀ ਹੋਈ ਮੇਰੀ ਇੰਜਰੀ ਹੋਈ ਸੀਗੀ ਮੇਰਾ ਸ਼ੋਲਡਰ ਜਿਹੜਾ ਹੋਇਆ ਸੀ ਕਰੈਕ ਉਦੋਂ ਮੇਰਾ ਹੈਲਮਟ ਹੀ ਮੈਨੂੰ ਬਚਾ ਗਏ ਮੇਰੀ ਹੈਡ ਇੰਜਰੀ ਹੋਣ ਦੇ ਪੂਰੇ ਚਾਂਸ ਸੀ ਔਰ ਆਪਾਂ ਕਹਿ ਦਿੰਦੇ ਕਿ ਹੈਲਮਟ ਸੇਫ ਨਹੀਂ ਆ ਪਰ ਹੈਲਮਟ ਜਿੰਨਾ ਤੁਹਾਨੂੰ ਸੇਫਟੀ ਦਿੰਦਾ ਆ ਉਹ ਤੁਹਾਨੂੰ ਨਹੀਂ ਤੁਸੀਂ ਇੱਕ ਤਾਂ ਆਪਣਾ ਅਸੂਲ ਰੱਖੋ ਕਿ ਜਦੋਂ ਵੀ ਤੁਸੀਂ ਸਾਈਕਲ ਨੂੰ ਹੱਥ ਲਾਉਣਾ ਮੇਰਾ ਜਿੰਨੇ ਵੀ ਸਾਈਕਲ ਨੇ ਸਾਰੇ ਸਾਈਕਲਾਂ 'ਤੇ ਆਪਣੇ ਹਰ ਇੱਕ ਅਲੱਗ ਅਲੱਗ ਹੈਲਮਟ ਉੱਪਰ ਰੱਖਿਆ ਟੰਗੇ ਹੋਏ ਨੇ ਕਿ ਮੈਂ ਸਾਈਕਲ ਨੂੰ ਹੱਥ ਲਾਉਣ ਤੋਂ ਪਹਿਲਾਂ ਮੈਂ ਆਪਣਾ ਹੈਲਮਟ ਲਾਊਂਗਾ ਅਤੇ ਫਿਰ ਮੈਂ ਚੱਲੂੰਗਾ ਬਾਕੀ ਮੈਂ ਨੌਜਵਾਨਾਂ ਨੂੰ ਵੀ ਨਵਿਆਂ ਨੂੰ ਇਹੀ ਕਹੂੰਗਾ ਕਿ ਸੇਫਟੀ ਜਿਹੜੀ ਆ ਕਿਸੇ ਦੇ ਕਹਿਣ ਦੇ ਉੱਤੇ ਜਾਂ ਕਿਸੇ ਨੂੰ ਦੇਖ ਕੇ ਨਾ ਕਰੋ ਤੁਸੀਂ ਆਪਣੀ ਸੇਫਟੀ ਖੁਦ ਆਪ ਕਰੋ ਬਿਲਕੁਲ ਲੋਕਾਂ ਲਈ ਤੁਸੀਂ ਰਾਈਡਰ ਹੋ ਪਰ ਫੈਮਿਲੀ ਲਈ ਤੁਸੀਂ ਸਾਰੀ ਦੁਨੀਆ ਤੁਸੀਂ ਹੋ ਉਹਨਾਂ ਦੀ ਸੋ ਬਿਲਕੁਲ ਇਹੀ ਗੱਲ ਆ ਕਿ ਸੇਫਟੀ ਪੱਖੋਂ ਤਾਂ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਕਿ ਸੇਫਟੀ ਦੇ ਨਾਲ ਹੀ ਚੱਲਾਂਗੇ ਅਤੇ ਤਾਂ ਹੀ ਅਸੀਂ ਇਸ ਦੇ ਉੱਪਰ ਵਧੀਆ ਮੁਕਾਮ ਹਾਸਲ ਕਰ ਸਕਦੇ ਹਾਂ ਸੋ 4 ਸਾਲਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਹੀ ਰਿਕਾਰਡ ਆ ਕਿ ਹਨੀਪਿੰਡਰ ਹੋਣਾ ਨੇ 70,000 ਕਿਲੋਮੀਟਰ ਤੋਂ ਵੱਧ ਸਾਈਕਲ ਚਲਾ ਲਿਆ ਔਨ ਰਿਕਾਰਡ ਜਿਹੜਾ ਓਫੀਸ਼ਲੀ ਰਿਕਾਰਡ ਹੈਗਾ ਇਹਨਾਂ ਦੇ ਕੋਲ ਉਸ ਤੋਂ ਜੇ ਔਫ ਰਿਕਾਰਡ ਦੀ ਗੱਲ ਕਰੀਏ ਤਾਂ ਕਹਿੰਦੇ ਕਿ 1,00,000 ਤੋਂ ਵੀ ਵੱਧ ਮੈਂ ਚਲਾ ਲਿਆ ਪਰ ਇਹ ਇੱਕ ਆਪਣੇ ਆਪ ਦੇ ਵਿੱਚ ਹੀ ਮਿਸਾਲ ਆ ਸਾਈਕਲ ਨੂੰ ਪਿਆਰ ਜ਼ਰੂਰ ਕਰਨਾ ਚਾਹੀਦਾ ਪਰ ਸੇਫਟੀ ਪੱਖੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਜਿਹਦੇ ਨਾਲ ਵਾਤਾਵਰਨ ਦੇ ਨਾਲ ਨਾਲ ਸਾਡੀ ਸਿਹਤ ਵੀ ਜਿਹੜੀ ਹੈ ਤੰਦਰੁਸਤ ਰਹਿੰਦੀ ਹੈ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ